ਨਮਸਕਾਰ, ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਇਸ ਤੋਂ ਪਹਿਲਾਂ ਕਿ ਅੱਜ ਦਾ ਟੋਪਿਕ ਸ਼ੁਰੂ ਕਰੀਏ, ਇੱਕ ਬਹੁਤ ਵਧੀਆ ਉਪਾਅ ਦੱਸਣ ਜਾ ਰਹੇ ਹਾਂ, ਬਹੁਤ ਸ਼ਕਤੀਸ਼ਾਲੀ ਹੈਗਾ ਕਿ ਇਹਦੇ ਨਾਲ ਮੂੰਹ ਮੰਗੀ ਮੁਰਾਦ ਪੂਰੀ ਜ਼ਰੂਰ ਹੁੰਦੀ ਹੈ। ਪੀਲਾ ਕੱਪੜਾ ਲੈਣਾ ਅਤੇ ਗੁੜ ਲੈਣਾ, ਤੁਸੀਂ 1.25 ਮੀਟਰ ਪੀਲਾ ਕੱਪੜਾ ਅਤੇ 7 ਗੁੜ ਦੀਆਂ ਡੰਡੀਆਂ ਲੈਣੀਆਂ, 1 ਰੁਪਏ ਦਾ ਸਿੱਕਾ ਲੈਣਾ, ਹਲਦੀ ਦੀਆਂ ਸਾਬੁਤ ਦੀਆਂ 7 ਇਕੱਠੀਆਂ ਲੈਣੀਆਂ। ਪੀਲੇ ਕੱਪੜੇ ਦੇ ਵਿੱਚ 3 ਚੀਜ਼ਾਂ ਨੂੰ ਤੁਸੀਂ ਬੰਨ੍ਹ ਲੈਣਾ। ਇਸ ਕੱਪੜੇ ਨੂੰ ਤੁਸੀਂ 7 ਵਾਰੀ ਆਪਣੀ ਇੱਛਾ ਦੱਸਣੀ ਹੈ, ਉਦੋਂ ਬਾਅਦ ਭਗਵਾਨ ਵਿਸ਼ਨੂੰ ਜੀ ਦਾ ਨਾਂ ਲੈ ਕੇ ਚੱਲਦੇ ਹੋਏ ਪਾਣੀ ਦੇ ਵਿੱਚ ਵਹਾ ਦੇਣਾ। ਸਿਰਫ ਵੀਰਵਾਰ ਨੂੰ ਉਪਾਅ ਕਰੋ, ਤੁਹਾਡੀ ਇੱਛਾ ਜ਼ਰੂਰ ਪੂਰੀ ਹੋਏਗੀ। ਜੇ ਤੁਸੀਂ ਨਾਲ ਨਾਲ ਇੱਛਾ ਪੂਰਤੀ ਯੰਤਰ 'ਤੇ ਕਛੂਆ ਦਾ ਰੱਖ ਕੇ ਸਿੱਧ ਕੀਤਾ ਹੋਇਆ ਘਰੇ ਉਹਦੀ ਪੂਜਾ ਕਰਦੇ ਹੋ ਤਾਂ ਹੋਰ ਜ਼ਿਆਦਾ ਵਧੀਆ ਇਫੈਕਟ ਮਿਲ ਜਾਏਗਾ। ਹੁਣ ਗੱਲ ਕਰਦੇ ਹਾਂ ਤੁਲਸੀ ਦੇ ਬਾਰੇ। ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸਾਡੇ ਧਰਮ ਗ੍ਰੰਥਾਂ ਦੇ ਵਿੱਚ ਉਲੇਖ ਹੈਗਾ ਕਿ ਜੇ ਤੁਸੀਂ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਦੇ ਹੋ ਇਤਵਾਰ ਛੱਡ ਕੇ ਬਾਕੀ ਦਿਨ ਸਵੇਰੇ ਉੱਠਦੇ ਹੀ ਸਾਰੇ ਪਾਪਾਂ ਦਾ ਨਾਸ਼ ਹੁੰਦਾ। ਜੇ ਤੁਸੀਂ ਤੁਲਸੀ ਦੇ ਪੱਤਿਆਂ ਨੂੰ ਛੂੰਦੇ ਵੀ ਹੋ ਤਾਂ ਵੀ ਰੋਗ ਮੁਕਤ ਹੋ ਜਾਂਦੇ ਹੋ। ਜੇ ਤੁਸੀਂ ਤੁਲਸੀ ਦੇ ਪੌਦੇ ਦੀ ਪਾਣੀ ਨਾਲ ਸਿੰਚਾਈ ਕਰਦੇ ਹੋ ਤਾਂ ਯਮਰਾਜ ਕਦੀ ਤੁਹਾਨੂੰ ਕੁਛ ਨਹੀਂ ਕਹਿੰਦੇ। ਇਸੇ ਤਰੀਕੇ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅੱਗੇ ਤੁਸੀਂ ਤੁਲਸੀ ਦੇ ਪੱਤਰ ਜਦੋਂ ਚੜ੍ਹਾਉਂਦੇ ਹੋ ਤਾਂ ਉਹਦੇ ਨਾਲ ਮੋਕਸ਼ ਯਾਨੀ ਕਿ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਗੰਗਾ ਜਲ ਦੇ ਵਿੱਚ ਤੁਲਸੀ ਦੇ ਪੱਤਰ ਪਾ ਕੇ ਉਹਦੇ ਵਿੱਚ ਤੁਲਸੀ ਦਾ ਜਿਹੜਾ ਉੱਡਣ ਵਾਲਾ ਤੇਲ ਹੈਗਾ ਕੁਛ ਨਾ ਕੁਛ ਜ਼ਰੂਰ ਘੁਲਦਾ, ਜਿਸ ਕਾਰਨ ਉਹਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਜਲ ਦੇ ਹਾਨੀਕਾਰਕ ਕੀਟਾਣੂ ਆਮ ਜਲ ਦੇ ਵੀ ਨਸ਼ਟ ਹੋ ਜਾਂਦੇ ਆ। ਗੰਗਾ ਜਲ ਦੇ ਵਿੱਚ ਤਾਂ ਕਦੀ ਕੀਟਾਣੂ ਹੁੰਦੇ ਹੀ ਨਹੀਂ ਅਤੇ ਉਹ ਕਦੀ ਵੀ ਖਰਾਬ ਨਹੀਂ ਹੁੰਦਾ। ਸੋ ਇਹੀ ਕਾਰਨ ਹੈ ਕਿ ਜਦੋਂ ਵੀ ਪੰਚਾਮ੍ਰਿਤ ਅਸੀਂ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਤੁਲਸੀ ਪੱਤਰ ਪਾਉਣ ਦਾ ਇੱਕ ਪ੍ਰਚਲਨ ਹੈਗਾ। ਸਾਡੇ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਵਿੱਚ ਜਿਹੜਾ ਤੁਲਸੀ ਦੇ ਪੌਦੇ ਦੀ ਪ੍ਰਦਕਸ਼ਣਾ ਕੀਤੀ ਜਾਂਦੀ ਹੈ, ਜਿਹਦੇ ਨਾਲ ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਇੱਕ ਬਹੁਤ ਹੀ ਜ਼ਿਆਦਾ ਸੁਗੰਧਿਤ ਅਤੇ ਬਹੁਤ ਹੀ ਜ਼ਿਆਦਾ ਮੈਡੀਕਲ ਵਾਲੀ ਵਾਯੂ ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਸਾਡੇ ਅੰਦਰ ਦੇ ਅੰਗਾਂ ਦੇ ਵਿੱਚ, ਯੰਤਰਾਂ ਦੇ ਉੱਤੇ ਅਤੇ ਸੰਸਥਾਨਾਂ ਦੇ ਵਿੱਚ ਬਹੁਤ ਵਧੀਆ ਪ੍ਰਭਾਵ ਪਾਉਂਦੀ ਹੈ। ਤੁਲਸੀ ਦੀ ਜਿਹੜੀ ਹਵਾ ਹੈਗੀ ਹੈ ਉਹ ਇਸਤਰੀਆਂ ਦੇ ਅੰਦਰ ਜਨਨੰਗ ਜਿਹੜੇ ਆ ਉਹਨਾਂ ਦੇ ਉੱਤੇ ਅਨੁਕੂਲ ਪ੍ਰਭਾਵ ਪਾ ਕੇ ਉਹਨਾਂ ਨੂੰ ਗਰਭ ਧਾਰਨ ਦੀ ਵੀ ਸ਼ਕਤੀ ਦਿੰਦੀ ਹੈ। ਤੁਲਸੀ ਦੇ ਔਸ਼ਧੀ ਗੁਣਾਂ ਦਾ ਜਿਹੜਾ ਆਯੁਰਵੈਦ ਦੇ ਵਿੱਚ ਬਹੁਤ ਜ਼ਿਆਦਾ ਵਰਣਨ ਹੈਗਾ। ਆਯੁਰਵੈਦ ਦੇ ਮੁਤਾਬਿਕ ਜਿਹੜਾ ਤੁਲਸੀ ਦੇ ਪੱਤੇ ਅਤੇ ਉਹਨਾਂ ਦਾ ਰਸ ਜਿਹੜਾ ਹੈਗਾ ਉਹ ਗਰਮੀ, ਰੁਕਸ਼, ਕਫ, ਫਿਰ ਜਿਹੜਾ ਸ਼ੀਤਹਰ, ਵਾਤਹਰ ਅਤੇ ਇੱਦਾਂ ਹੀ ਜਿਹੜੀਆਂ ਵੀ ਦੁਰਗੰਧ ਨਾਸ਼ਕ ਮੂੰਹ 'ਚੋਂ ਸਮੈਲ ਆਉਂਦੀ ਹੈ, ਸੋ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਠੀਕ ਕਰਦਾ। ਕਿਹਾ ਜਾਂਦਾ ਕਿ ਤੁਲਸੀ ਦੇ ਵਿੱਚ ਖੂਨ ਨੂੰ ਸਾਫ਼ ਕਰਨ ਦੀ ਬਹੁਤ ਜ਼ਿਆਦਾ ਕਸ਼ਮਤਾ ਹੁੰਦੀ ਹੈ ਅਤੇ ਪੇਟ ਦੇ ਕੀੜਿਆਂ ਨੂੰ ਮਾਰਨ ਦੀ ਵੀ ਕਸ਼ਮਤਾ ਹੁੰਦੀ ਹੈ। ਇਹਦੇ ਵਿੱਚ ਥਾਇਮਲ ਨਾਮਕ ਇੱਕ ਵਿਸ਼ੇਸ਼ ਤੱਤ ਪਾਇਆ ਜਾਂਦਾ ਜਿਹਦੇ ਕਾਰਨ ਤੁਲਸੀ ਦਾ ਪ੍ਰਯੋਗ ਚਮੜੀ ਦੇ ਰੋਗਾਂ ਦੇ ਵਿੱਚ ਵਿਸ਼ੇਸ਼ ਕਰਕੇ ਕੀਤਾ ਜਾਂਦਾ। ਸਾਨੂੰ ਇੱਕ ਸਾਡੇ ਬਹੁਤ ਅੱਛੇ ਮਿੱਤਰ, ਇੱਕ ਬਹੁਤ ਵੱਡੇ ਸੰਨਿਆਸੀ ਨੇ ਵੀ ਇਹ ਦੱਸਿਆ ਸੀਗਾ ਕਿ ਉਹਨਾਂ ਦੇ ਇੱਕ ਵਾਰੀ ਅੱਖ ਦੇ ਕੋਲ ਮੱਕੜੀ ਜਿਹੜੀ ਹੈ ਉਹ ਲੜ ਗਈ ਅਤੇ ਉਹਨਾਂ ਦੀ ਸਾਰੀ ਸਕਿਨ ਖਰਾਬ ਹੋ ਗਈ ਅਤੇ ਉਹਨਾਂ ਨੇ ਸਿੰਪਲੀ ਜਿਹੜਾ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉੱਥੇ ਲਾਇਆ ਸੀਗਾ ਅਤੇ 4 ਦਿਨ 'ਚ ਠੀਕ ਹੋ ਗਏ ਸੀਗੇ। ਸੋ ਪਿਆਰੇ ਦਰਸ਼ਕੋ, ਵਾਤਸਾਯਨ ਦੇ ਕਾਮ ਸੂਤਰ ਦੇ ਵਿੱਚ ਵਰਣਿਤ ਹੈਗਾ ਕਿ ਤੁਲਸੀ ਦੇ ਬੀਜਾਂ ਦੇ ਵਿੱਚ ਜਿਹੜਾ ਮੈਥੁਨ ਦੀ ਅਤੇ ਵਾਜੀ ਕਰਨ ਦੀ ਸ਼ਕਤੀ ਵਧਾਉਣ ਦੀ ਬਹੁਤ ਜ਼ਿਆਦਾ ਕਸ਼ਮਤਾ ਹੁੰਦੀ ਹੈ ਅਤੇ ਇਸ ਕਾਰਨ ਜਿਹੜਾ ਹੈ ਮੈਡੀਕਲ ਸਾਇੰਸਿਸ ਦੇ ਵਿੱਚ ਜਿਹੜਾ ਹੈ ਅਤੇ ਨਾਲ ਅਧਿਆਤਮ ਦੇ ਵਿੱਚ ਅਸੀਂ ਤੁਲਸੀ ਨੂੰ ਬਹੁਤ ਜ਼ਿਆਦਾ ਉਪਯੋਗੀ ਮੰਨਦੇ ਹਾਂ। ਕਹਿਣ ਦਾ ਭਾਵ ਹੈ ਕਿ ਤੁਲਸੀ ਦਾ ਸੇਵਨ ਕਮ ਸੇ ਕਮ 3 ਪੱਤਰੇ ਤੁਸੀਂ ਰੋਜ਼ ਸਵੇਰੇ ਉੱਠਦੇ ਹੀ ਕਰੋਗੇ ਤਾਂ ਤੁਹਾਡੀ ਲਾਈਫ ਬਹੁਤ ਜ਼ਿਆਦਾ ਵਧੀਆ ਰਹੇਗੀ। ਫਿਲਹਾਲ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕੁਛ ਦਿਨ ਪਹਿਲਾਂ ਇੱਕ ਲੈਟਰ ਪਹੁੰਚੀ ਹੈ, ਚਾਵਨ ਕਾਚਾ ਜਾਂ ਪਵਨ ਕਾਚਾ ਕੁਛ ਇੱਦਾਂ ਦਾ ਨਾਮ ਹੈ, ਇਹਨਾਂ ਦਾ ਰਾਜਕੋਟ ਤੋਂ ਹੈਗੇ ਨੇ, ਗੁਜਰਾਤ ਤੋਂ ਹੈਗੇ ਨੇ। ਤੋ ਇਹਨਾਂ ਨੇ ਬਹੁਤ ਸਾਰੀ ਇੱਕ ਲੰਬੀ ਚਿੱਠੀ ਲਿਖੀ ਆ, ਅਸੀਂ ਕਿਹਾ ਸੀ ਇੱਕ ਹੀ ਸਵਾਲ ਲਿਖ ਕੇ ਭੇਜਣਾ। ਤੋ ਇਹਨਾਂ ਨੇ ਪੁੱਛਿਆ ਸੀ ਕਿ ਐਬਰੋਡ ਯਾਨੀ ਕਿ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹਨ। ਤੋ ਕਾਚਾ ਸਾਹਿਬ, ਅਸੀਂ ਤੁਹਾਡੀ ਪਵਨ ਕਾਚਾ ਜੀ, ਇਹਨਾਂ ਦਾ ਹੈ 27/12/1983 ਹੈ, ਇਹਨਾਂ ਨੇ ਲਿਖ ਕੇ ਭੇਜਿਆ ਹੋਇਆ। ਸੋ ਪਾਵਨ ਜੀ, ਜਨਮ ਕੁੰਡਲੀ ਅਸੀਂ ਲੈਪਟੋਪ 'ਤੇ ਤੁਹਾਡੀ ਖੋਲ੍ਹ ਲਈ ਹੈ ਅਤੇ ਇਸ ਹਿਸਾਬ ਦੇ ਨਾਲ ਵਿਦੇਸ਼ ਜਾਣ ਦੇ ਵਿੱਚ ਤੁਹਾਨੂੰ ਅੜਚਣਾ ਆਉਣਗੀਆਂ, ਨੋ ਡਾਊਟ। ਲੇਕਿਨ ਵਿਦੇਸ਼ ਜਾਣ ਦਾ ਯੋਗ ਤੁਹਾਡਾ ਸਟਾਰਟ ਹੋਏਗਾ 6/6/2019 ਤੋਂ ਲੈ ਕੇ 1/1/2019 ਦੇ ਵਿੱਚ। ਸੋ ਇਹਦੇ ਲਈ ਤੁਸੀਂ ਸਿੰਪਲੀ ਜਿਹੜਾ ਹੈ ਭਗਵਾਨ ਸ਼ਿਵ ਜੀ ਦੀ ਆਰਾਧਨਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਅਤੇ ਨਾਲ ਹੀ ਨਾਲ ਤੁਸੀਂ ਹਰ ਸੋਮਵਾਰ ਦੁੱਧ ਗਰੀਬਾਂ ਨੂੰ ਜ਼ਰੂਰ ਦਾਨ ਕਰਨਾ ਅਤੇ ਤੁਸੀਂ ਜਿਹੜਾ ਹੈਗਾ ਇੱਕ ਨਵਰਤਨ ਪੈਂਡੈਂਟ ਜ਼ਰੂਰ ਪਾਉਣਾ ਜਿਹਦੇ ਨਾਲ ਅੱਛੇ ਰਿਜ਼ਲਟਸ ਮਿਲਣਗੇ। ਇੱਕ ਵਿਸ਼ੇਸ਼ ਵਿਦੇਸ਼ ਯੰਤਰ ਦੀ ਵੀ ਤੁਸੀਂ ਪੂਜਾ ਕਰ ਸਕਦੇ ਹੋ। ਫਿਲਹਾਲ ਤੁਹਾਡੀ ਜੋ ਦਸ਼ਾ ਚੱਲ ਰਹੀ ਹੈ, ਗੁਰੂ ਦੀ ਦਸ਼ਾ ਹੈਗੀ ਹੈ, ਗੁਰੂ ਦੇ ਵਿੱਚ ਤੁਹਾਡਾ ਸ਼ੁੱਕਰ ਹੈਗਾ, ਗੁਰੂ ਠੀਕ ਹੈ, ਸ਼ੁੱਕਰ ਵੀ ਠੀਕ ਹੈ, ਅਤੇ ਮੰਗਲ ਦੀ ਦਸ਼ਾ, ਮੰਗਲ ਤੁਹਾਡਾ ਵਧੀਆ ਨਹੀਂ ਹੈ ਜਿਸ ਕਾਰਨ ਗੁੱਸਾ ਆਏਗਾ, ਪ੍ਰੋਬਲਮਸ ਮਹਿਸੂਸ ਹੋਣਗੀਆਂ। ਸੋ ਉਹਦੇ ਲਈ ਤੁਸੀਂ ਸਿੰਪਲੀ ਜਿਹੜਾ ਮੰਗਲਵਾਰ ਵਾਲੇ ਦਿਨ ਗੁੜ ਦਾ ਦਾਨ ਕਰੋ ਅਤੇ ਹਰ ਮਹੀਨੇ 'ਚ ਇੱਕ ਵਾਰੀ ਤੁਸੀਂ ਮੰਗਲਵਾਰ ਵਾਲੇ ਦਿਨ ਜਿਹੜਾ ਹੈ 31 ਸਟੋਨ ਸਿੱਧ ਕਰਵਾਏ ਹੋਏ ਮੰਗਲ ਦੇ ਨਾਲ 325 ਗ੍ਰਾਮ ਲਾਲ ਮਸਰ ਲੈ ਕੇ ਓਮ ਬਮਾਏ ਦਵਾਂ ਦੀਆਂ 4 ਮਾਲਾ ਜਪ ਕੇ ਉਹਨੂੰ ਵੀ ਜਲ ਪ੍ਰਵਾਹ ਕਰਦੇ ਰਹੋ।
ਸੋ ਬਹੁਤ ਸਾਰੇ ਦਰਸ਼ਕ ਸਾਡੇ ਹੋਰ ਵੀ ਜਿਹੜੇ ਕੁਝ ਪੁੱਛਣਾ ਚਾਹੁੰਦੇ ਆ ਇਦਾਂ ਬਿਲਕੁਲ ਫ੍ਰੀ ਦੇ ਵਿੱਚ ਤੇ ਆਪਣੀ ਕੁੰਡਲੀ ਦੀ ਕਾਪੀ ਸਾਨੂੰ ਭੇਜਣ ਨਾਲ ਇੱਕ ਸਵਾਲ ਲਿਖ ਕੇ ਭੇਜਣ ਜ਼ਿਆਦਾ ਨਹੀਂ। ਸੋ ਅੱਜ ਦਾ ਐਪੀਸੋਡ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇਹਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਹੀ ਨਾਲ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੇ ਸੇਮ ਨਾਮ ਤੋਂ ਜਿਹੜਾ ਹੈਗਾ ਫੇਸਬੁੱਕ ਪੇਜ ਉਹਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ ਅਤੇ ਨਾਲ ਨਾਲ ਸਾਡਾ ਵਟਸਐਪ ਨੰਬਰ 'ਤੇ ਐਡ ਹੋਣ ਦੇ ਲਈ ਸਿੰਪਲੀ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਾਨੂੰ ਭੇਜ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ ਮੇਸ਼ ਰਾਸ਼ੀ ਵਾਲੇ ਜਾਤਕਾਂ ਦੀ ਅੱਜ ਭੱਜ ਦੌੜ ਬਣੀ ਰਹੇਗੀ, ਜਦਕਿ ਵਿਰਸ਼ ਰਾਸ਼ੀ ਵਾਲਿਆਂ ਦਾ ਨਾਮ ਮਾਨ ਸਨਮਾਨ ਖਰਾਬ ਹੋ ਸਕਦਾ। ਮਿਥੁਨ ਰਾਸ਼ੀ ਵਾਲਿਆਂ ਨੂੰ ਜਿਹੜਾ ਹੈ ਅੱਜ ਕੋਈ ਕੀੜਾ ਲੜ ਸਕਦਾ, ਜ਼ਹਿਰੀਲਾ, ਧਿਆਨ ਰੱਖਿਓ। ਕਰਕ ਰਾਸ਼ੀ ਵਾਲਿਆਂ ਦੀ ਮਾਤਾ ਜੀ ਦੀ ਸਿਹਤ ਖਰਾਬ ਹੋ ਸਕਦੀ ਹੈ। ਸਿੰਘ ਰਾਸ਼ੀ ਵਾਲੇ ਬਹੁਤ ਭੱਜ ਦੌੜ ਭਰਿਆ ਦਿਨ ਹੈ, ਜਦਕਿ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਅੱਜ ਬਹੁਤ ਕੁਝ ਦੇ ਸਕਦੀ ਹੈ। ਕੰਨਿਆ ਤੋਂ ਬਾਅਦ ਤੁਲਾ ਰਾਸ਼ੀ ਵਾਲੇ ਅੱਜ ਕਰਜ਼ਾ ਮਿਲ ਸਕਦਾ ਤੁਹਾਨੂੰ। ਵਰਿਸ਼ਚਿਕ ਰਾਸ਼ੀ ਵਾਲੇ ਅੱਜ ਬਹੁਤ ਵਧੀਆ ਸੋਸ਼ਲੀ ਆਪਣੀ ਇਮੇਜ ਬਣਾ ਸਕਦੇ ਆ, ਤੁਹਾਨੂੰ ਰਾਸ਼ੀ ਵਾਲਿਆਂ ਨੂੰ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ। ਮੱਕਰ ਰਾਸ਼ੀ ਵਾਲੇ ਜਿਸ ਤਰਫ ਵੀ ਜਾਓਗੇ ਤੁਹਾਡੀ ਜੈਰਕਾਰ ਹੁੰਦੀ ਰਹੇਗੀ। ਕੁੰਭ ਰਾਸ਼ੀ ਵਾਲੇ ਵਿਦੇਸ਼ ਨਾਲ ਸੰਬੰਧਿਤ ਮਸਲੇ ਅਟਕ ਸਕਦੇ ਆ, ਅਤੇ ਮੀਨ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਦਾ ਦਿਨ ਜਿਹੜਾ ਸਮਾਜਿਕ ਤੌਰ 'ਤੇ ਤੁਹਾਨੂੰ ਬਹੁਤ ਉੱਚਾਈਆਂ 'ਤੇ ਲੈ ਕੇ ਜਾ ਸਕਦਾ ਹੈ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਵਿੰਦਰ ਜੀ ਅਸੀਂ ਵੀ ਆ ਕੇ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ, ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣੀ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਆ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜ਼ਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕੇ ਜਾਇਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਇਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ 10 ਵੰਧ ਕੱਢ ਕੇ ਨੇਕਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋ ਜੂਗੀ। ਕੱਲ੍ਹ ਫਿਰ ਮਿਲਾਂਗੇ, ਨਮਸਕਾਰ।